ਜੇ ਤੁਹਾਨੂੰ ਬਿਗ ਬੌਸ ਲਈ ਬੁਲਾਇਆ ਜਾਏ ਤੇ ਤੁਸੀਂ ਜਾਓਗੇ? ਮੈਂ ਯਾਰਨ ਮੁੱਲੇ ਟਾਈਮ ਹੀ ਮਨਾ ਕਰਤਾ ਸੀ। ਰੀਅਲੀ? ਹਾਂਜੀ, ਮੈਨੂੰ ਪਹਿਲਾਂ ਹੀ ਬੁਲਾਇਆ ਸੀ ਉਦੋਂ। ਯਾਰਨ ਮੁੱਲੇ ਤੋਂ ਬਾਅਦ ਜਦੋਂ ਆ ਰਿਹਾ ਨਹੀਂ ਸੀ ਗਿਆ, ਜਿਸ ਸੀਜ਼ਨ 'ਚ ਆ ਰਿਹਾ ਗਿਆ ਸੀ ਨਾ ਇੱਕ ਸੀਜ਼ਨ, ਉਦੋਂ ਮੈਨੂੰ ਵੀ ਬੁਲਾਇਆ। ਆਪਾਂ ਆਪਣੀ, ਮੈਂ ਉੱਦਾਂ ਦਾ ਹੈ ਨਹੀਂ ਕਿ ਜਾ ਕੇ ਤਮਾਸ਼ਾ ਜਿਹਾ ਦੇਖੋ। ਮੇਰੀ ਮੰਨਣਾ ਇਹ ਆ ਕਿ ਆਪਣਾ ਆਪ ਦਾ ਤਮਾਸ਼ਾ ਬਣਾਉਣਾ ਮੈਨੂੰ ਨਹੀਂ ਅੱਛਾ ਲੱਗਦਾ। ਮੈਂ ਲੜ ਨਹੀਂ ਸਕਦਾ ਉੱਥੇ, ਕੰਮ ਹੀ ਲੜਾਈ ਦਾ ਆ। ਬੰਦਾ ਟਿਕਦਾ ਹੀ ਉਹ ਉੱਥੇ ਜਿਹੜਾ ਐਗਰੈਸਿਵ ਹੋਏ ਲੜ, ਉਹ ਮੈਂ ਹੈ ਹੀ ਨਹੀਂ। ਜਦ ਉੱਥੇ ਜਾ ਕੇ ਮੈਂ ਦੂਜੇ ਦਿਨ ਹੀ ਬਾਹਰ ਆਉਣਾ ਫਿਰ। ਯਾਰ ਐਂ ਨਾ ਕਰ ਪਲੀਜ਼, ਮੇਰੀ ਮਾਂ ਮੈਨੂੰ ਇੰਨਾ ਉਹ ਨਾ ਬਾਹਰ, ਮੈਂ ਵੀ ਠੀਕ ਠਾਕ ਹੀ ਗਾਉਂਦਾ, ਇੱਦਾਂ ਦੀ ਕੋਈ ਗੱਲ ਨਹੀਂ। ਸਾਰੀ ਟੀਮ ਬੜੀ ਪਿਆਰੀ ਸੀ, ਬੜੀ ਵਾਰਮਥ ਵਾਲੀ ਸੀਗੀ। ਆਦਿਤੀ ਹੋਰਾਂ ਨਾਲ ਫਸਟ ਟਾਈਮ ਕੰਮ ਕੀਤਾ, ਨਾਜ਼ਿਮ ਨਾਲ ਫਸਟ ਟਾਈਮ ਕੰਮ ਕੀਤਾ। ਯਾਰ ਸੈੱਟ 'ਤੇ ਤਾਂ ਮੈਂ ਕਿਸੇ ਨਾਲ ਨਹੀਂ ਲੜਦੀ ਸੀ, ਸਾਰੇ ਬਹੁਤ ਸ਼ਰੀਫ ਅਤੇ ਬਹੁਤ ਕਿਊਟ ਨੇ ਯਾਰ, ਮੌਕਾ ਹੀ ਨਹੀਂ ਦਿੱਤਾ ਲੜਨ ਦਾ। ਤੁਹਾਡਾ ਕਦੇ ਦਿਲ ਨਹੀਂ ਕੀਤਾ ਕਿ ਤੁਸੀਂ ਵੀ ਪੋਲੀਟੀਸ਼ਨ ਵੱਲ ਹੀ ਜਾਓ? ਨਹੀਂ, ਫਿਲਹਾਲ ਤਾਂ ਨਹੀਂ, ਬਟ ਯੂ ਨੈਵਰ ਨੋ ਫਿਊਚਰ 'ਚ, ਕਿਉਂਕਿ ਮੈਂ ਹੁਣ ਕਹਿ ਦਵਾਂ ਮੈਂ ਜਾਣਾ ਨਹੀਂ, ਕੱਲ੍ਹ ਨੂੰ ਸਿਚੁਏਸ਼ਨ ਦਾ ਕੁਛ ਪਤਾ ਥੋੜ੍ਹੀ ਹੁੰਦਾ, ਫਿਰ ਐਂ ਪੁਰਾਣੀਆਂ ਜਿਹੀਆਂ ਕੱਢ ਕੇ ਲਾ ਦਿੰਦਾ, ਇਹਨੇ ਤਾਂ ਕਿਹਾ ਸੀ ਇਹਨੇ ਜਾਣਾ ਨਹੀਂ ਕਦੇ। ਇਹ ਪੂਰੀ ਫਿਲਮ 7 ਮਿੰਟ 'ਚ ਦੱਸਤੀ ਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ, ਅਤੇ ਬਾਅਦ 'ਚ ਜਦ ਮੈਂ ਸਕ੍ਰਿਪਟ ਵੀ ਪੜ੍ਹੀ, ਉਹ ਐਕਚੁਲੀ ਉਹੀ ਗੱਲਾਂ ਸੀਗੀਆਂ, ਅਤੇ ਮੈਨੂੰ ਬਹੁਤ ਹੀ, ਮੈਂ ਕਿਉਂਕਿ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਸਕ੍ਰਿਪਟ ਰੀਡਿੰਗਸ 'ਤੇ ਗਈ ਹਾਂ, ਸਕ੍ਰਿਪਟਾਂ ਸੁਣੀਆਂ, ਇੱਕ ਇੱਕ ਡਾਇਰੈਕਟਰ ਤਿੰਨ ਤਿੰਨ ਚਾਰ ਚਾਰ ਘੰਟੇ ਲਾ ਦਿੰਦੇ ਆ ਫਿਲਮ ਨੂੰ ਐਕਸਪਲੇਨ ਕਰਨ ਨੂੰ, ਫਿਰ ਵੀ ਨਹੀਂ ਪਤਾ ਲੱਗਦਾ ਕੀ ਹੋਇਆ ਸੀ। ਸੂਫੀ ਸੂਫੀ ਨੈਣਾ ਵਿੱਚੋਂ ਰੱਬ ਦਿਸਦਾ ਏ, ਮੈਨੂੰ ਮੇਰਾ ਉਹਦੇ ਵਿੱਚੋਂ ਸਭ ਦਿਸਦਾ ਏ, ਪਲ ਵੀ ਨਾ ਉਹਦੇ ਬਿਨਾਂ ਲੰਘਦਾ, ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ ਏ, ਮਾਹੀ ਸੋਹਣੇ ਮਾਹੀ ਸੋਹਣੇ ਸੂਟ ਕਾਲੇ ਰੰਗਦਾ ਏ। ਮਤਲਬ ਕਰੂੰ ਕਿਆ ਇਸ ਕੀ ਜਿਸ ਨੇ ਤੁਮੇ ਬਣਾ, ਰੰਗ ਦਾ ਪਰਾਂਦਾ ਸੋਹਣੇ ਸੱਜਣਾ ਲਿਆਉਂਦਾ, ਰੰਗ ਦਾ ਪਰਾਂਦਾ ਸੋਹਣੇ ਸੱਜਣਾ ਲਿਆਉਂਦਾ, ਵੇ ਮੈਂ ਚੁੰਮ ਚੁੰਮ ਵੇ ਮੈਂ ਚੁੰਮ ਚੁੰਮ ਰੱਖਦੇ ਫਿਰਾਂ, ਮੈਂ ਬਾਬਾ ਬਾਰ ਨੱਚਦੇ ਫਿਰਾਂ, ਮੈਂ ਬਾਬਾ ਬਾਰ ਨੱਚਦੇ ਫਿਰਾਂ। ਵਾਹ, ਮਿਹਨਤ ਕਰਦਾ ਮੈਂ, ਜਿਵੇਂ ਹਰ ਇੰਟਰਵਿਊ 'ਚ ਕਹਿ ਰਿਹਾ, ਹਰ ਜਗ੍ਹਾ ਕਹਿ ਰਿਹਾ, ਮੈਂ ਮਿਹਨਤ ਕਰਦਾ ਰਹਿੰਦਾ, ਹੱਥ ਪੱਲਾ ਮਾਰਦਾ ਰਹਿੰਦਾ, ਬਟ ਮੈਂ ਕੱਲ੍ਹ ਦਾ ਸੋਚਦਾ ਨਹੀਂ ਯਾਰ। ਆਈ ਲਿਵ ਇਨ ਪ੍ਰੈਜ਼ੈਂਟ, ਆਈ ਸਵੇਅਰ ਟੂ ਗੋਡ। ਇੱਦਾਂ ਨਹੀਂ ਕੋਈ ਇੰਟਰਵਿਊ ਹੋ ਰਹੀ ਤਾਂ ਆਪਣੇ ਨੰਬਰ ਇਹ ਬਣਾਉਣ ਲਈ, ਬਟ ਮੇਰੀ ਨੇਚਰ ਆ ਕਿ ਜੋ ਹੋਣਾ ਬਾਬਾ ਜੀ ਨੇ ਕਰ ਹੀ ਦੇਣਾ। ਨੈਣਾ ਦੇ ਨੈਣਾ ਦੇ ਹਰਫ ਪੜਾਵਾਂ ਕਿਵੇਂ, ਦਿਲ ਤੇ ਲਿਖੀਆਂ ਵਖਾਵਾਂ ਕਿਵੇਂ, ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ ਵਾ, ਜਿਹੜੀ ਇਸ਼ਕ 'ਚ ਚੱਲਦੀ ਏ ਉਹਦੇ ਰੰਗ ਵਿੱਚ ਟਲਦੀ ਏ, ਉਹ ਨਬਜ਼ ਪਛਾਣੇ ਨਾ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ, ਸਾਰੇ ਠੀਕ ਹੋ? ਪਲੀਜ਼, 12 ਤਰੀਕ ਨੂੰ ਸਾਡੀ ਫਿਲਮ ਆ ਰਹੀ ਆ ਮੁੰਡਾ ਰੌਕ ਸਟਾਰ, ਸੋ ਲੋਹੜੀ ਦੇ ਮੌਕੇ 'ਤੇ, ਲੋਹੜੀ ਦੇ ਤਿਉਹਾਰ 'ਤੇ ਆ ਰਹੀ ਆ, ਸੋ ਸਾਰੇ ਜਣੇ ਪਹੁੰਚੋ ਆਪਣੀ ਫੈਮਿਲੀ ਦੇ ਨਾਲ, ਪਲੀਜ਼ ਸਾਰੇ ਜਣੇ ਇੰਜੋਏ ਕਰੋ, ਇਹ ਮੇਰੀ ਗਰੰਟੀ ਆ। ਫਿਲਮ ਬਹੁਤ ਘੈਂਟ ਆ,
ਤੁਸੀਂ ਇੱਕ ਵਾਰੀ ਜਾਓ ਜ਼ਰੂਰ, ਸਾਰੇ ਜਾਣੇ ਦੇਖੋ ਆਪਣੇ ਪਰਿਵਾਰ ਦੇ ਨਾਲ। 12 ਤਰੀਕ 12 ਜਨਵਰੀ ਨੂੰ ਸਾਡੀ ਫਿਲਮ ਮੁੰਡਾ ਰੌਕ ਸਟਾਰ ਜ਼ਰੂਰ ਦੇਖ ਕੇ ਆਇਓ ਅਤੇ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਵਿੰਦਰ ਕੌਰ, ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅਤੇ ਤੁਹਾਨੂੰ ਪਤਾ ਹੀ ਆ ਕਿ ਮੁੰਡਾ ਰੌਕ ਸਟਾਰ ਮੂਵੀ ਆ ਰਹੀ ਆ ਅਤੇ ਅੱਜ ਉਹਨਾਂ ਦੇ ਅਤੇ ਸਾਡੇ ਨਾਲ ਜੁੜੇ ਨੇ ਅੱਜ ਮੁੰਡਾ ਰੌਕ ਸਟਾਰ ਦੇ ਸਟਾਰ ਕਾਸਟ। ਅਤੇ ਮੈਮ ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਰ ਕਿੱਦਾਂ ਦਾ ਰਿਹਾ ਮੂਵੀ ਨੂੰ ਲੈ ਕੇ ਐਕਸਪੀਰੀਅੰਸ? ਬਹੁਤ ਅੱਛਾ ਰਿਹਾ ਜੀ, ਬੜੀ ਅੱਛੀ ਟੀਮ ਮਿਲੀ, ਸਪੈਸ਼ਲੀ ਡਾਇਰੈਕਟਰ ਸਾਹਿਬ ਜੀ, ਪ੍ਰੋਡਿਊਸਰ ਸਾਹਿਬ ਸੱਤਿਆਜੀਤ ਭਾਜੀ ਐਂਡ ਸੰਜੇ ਜੀ ਪ੍ਰੋਡਿਊਸਰ ਜੀ, ਐਂਡ ਸਭ ਤੋਂ ਇੰਪੋਰਟੈਂਟ ਜਿਹੜੇ ਕੋ ਸਟਾਰ ਸੀਗੇ, ਸਾਰੀ ਟੀਮ ਬੜੀ ਪਿਆਰੀ ਸੀ, ਬੜੀ ਵਾਰਮਥ ਵਾਲੀ ਸੀਗੀ। ਆਦਿਤੀ ਹੋਰਾਂ ਨਾਲ ਫਸਟ ਟਾਈਮ ਕੰਮ ਕੀਤਾ, ਨਾਜ਼ਿਮ ਨਾਲ ਫਸਟ ਟਾਈਮ ਕੰਮ ਕੀਤਾ, ਬਾਕੀ ਵੀ ਆਲਮੋਸਟ ਸਾਰਿਆਂ ਨਾਲ ਹੀ ਫਸਟ ਟਾਈਮ ਸੀਗਾ ਐਂਡ ਅੱਛਾ ਰਿਹਾ ਐਕਸਪੀਰੀਅੰਸ ਜੀ। ਮੈਮ ਪਹਿਲਾਂ ਤਾਂ ਮੈਂ ਤੁਹਾਡੀ ਬਹੁਤ ਤਾਰੀਫ ਕਰਨਾ ਚਾਹੂੰਗੀ, ਇੱਕ ਤਾਂ ਤੁਸੀਂ ਸੋਹਣੇ ਲੱਗ ਰਹੇ ਹੋ, ਉੱਤੇ ਜੀ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੂੰਗੀ ਕਾਫੀ ਟਾਈਮ ਹੋ ਗਿਆ ਬੈਠਿਆਂ ਨੂੰ ਇੰਟਰਵਿਊ ਕਰਦਿਆਂ ਨੂੰ ਅਤੇ ਤੁਹਾਡੀ એનર્ਜੀ ਵੀ ਉਹੀ ਆ। ਓ ਯਾਰ ਥੈਂਕ ਯੂ ਯਾਰ, ਤੁਹਾਨੂੰ ਦੇਖ ਕੇ ਮੇਰੇ એનર્ਜੀ ਚਾਰਜ ਹੁੰਦੀ ਰਹਿੰਦੀ ਜੀ। ਮੂਵੀ ਨੂੰ ਲੈ ਕੇ ਐਕਸਪੀਰੀਅੰਸ ਕਿੱਦਾਂ ਰਿਹਾ? ਬਹੁਤ ਚੰਗਾ ਐਕਸਪੀਰੀਅੰਸ ਰਿਹਾ ਯਾਰ, ਵਨ ਆਫ ਅ ਕਾਇੰਡ ਐਕਸਪੀਰੀਅੰਸ ਸੀਗਾ। ਹਰ ਮੂਵੀ ਦਾ ਵੈਸੇ ਬਹੁਤ ਵੱਖਰਾ ਐਕਸਪੀਰੀਅੰਸ ਹੁੰਦਾ ਅਤੇ ਮੇਰੀ ਇਸ ਮੂਵੀ ਦਾ ਐਕਸਪੀਰੀਅੰਸ ਕਾਫੀ ਆਪਣਾਪਨ, ਪਿਆਰ, ਯੂ ਨੋ, ਸੈਲਫ ਲਵ, ਕੇਅਰ ਫੋਰ ਐਵਰੀਬਡੀ, ਸਾਰਾ ਕੁਝ ਇਹੋ ਜਿਹਾ ਰਿਹਾ। ਮੁੰਡਾ ਰੌਕ ਸਟਾਰ ਦੇ ਵਿੱਚ ਤੁਸੀਂ ਇੱਕ ਹੀਰੋਇਨ ਦਾ ਰੋਲ ਅਦਾ ਕਰ ਰਹੇ ਹੋ ਅਤੇ ਜੇ ਆਪਾਂ ਕੈਮਰਾ ਆਫ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਕੁੜੀਆਂ ਨੂੰ ਜ਼ਿਆਦਾਤਰ ਲੜਨ ਦੀ ਵੀ ਆਦਤ ਹੁੰਦੀ ਹੈ, ਤੁਸੀਂ ਸੈੱਟ 'ਤੇ ਲੜਦੇ ਹੁੰਦੇ ਸੀ ਕਿਸੇ ਨਾਲ? ਨਹੀਂ ਨਹੀਂ ਯਾਰ, ਸੈੱਟ 'ਤੇ ਤਾਂ ਮੈਂ ਕਿਸੇ ਨਾਲ ਨਹੀਂ ਲੜਦੀ ਸੀ, ਸਾਰੇ ਬਹੁਤ ਸ਼ਰੀਫ ਅਤੇ ਬਹੁਤ ਕਿਊਟ ਨੇ ਯਾਰ, ਮੌਕਾ ਹੀ ਨਹੀਂ ਦਿੱਤਾ ਲੜਨ ਦਾ, ਬਟ ਹਾਂ ਮਜ਼ਾ ਬਹੁਤ ਆਇਆ ਸ਼ੂਟ ਕਰਕੇ, ਬਹੁਤ ਫਨ ਕੀਤਾ, ਸ਼ਰਾਰਤਾਂ ਕੀਤੀਆਂ, ਨਵੀਆਂ ਨਵੀਆਂ ਚੀਜ਼ਾਂ ਐਕਸਪਲੋਰ ਕੀਤੀਆਂ ਯਾਰ। ਸਰ ਮੇਰਾ ਕੁਐਸਚਨ ਤੁਹਾਨੂੰ ਆ, ਅਤੇ ਤੁਹਾਨੂੰ ਪਤਾ ਕਿ ਤੁਹਾਡੇ ਫਾਦਰ ਸਾਹਿਬ ਇੱਕ ਪੋਲੀਟੀਸ਼ੀਅਨ ਵੀ ਨੇ, ਅਤੇ ਤੁਹਾਡਾ ਕਦੇ ਦਿਲ ਨਹੀਂ ਕੀਤਾ ਕਿ ਤੁਸੀਂ ਵੀ ਪੋਲੀਟੀਸ਼ੀਅਨ ਵੱਲ ਹੀ ਜਾਓ? ਨਹੀਂ, ਫਿਲਹਾਲ ਤਾਂ ਨਹੀਂ, ਬਟ ਯੂ ਨੈਵਰ ਨੋ ਫਿਊਚਰ 'ਚ, ਕਿਉਂਕਿ ਮੈਂ ਹੁਣ ਕਹਿ ਦਵਾਂ ਮੈਂ ਜਾਣਾ ਨਹੀਂ, ਕੱਲ੍ਹ ਨੂੰ ਸਿਚੁਏਸ਼ਨ ਦਾ ਕੁਛ ਪਤਾ ਥੋੜ੍ਹੀ ਹੁੰਦਾ, ਫਿਰ ਐਂ ਪੁਰਾਣੀਆਂ ਜਿਹੀਆਂ ਕੱਢ ਕੇ ਲਾ ਦਿੰਦੇ, ਇਹਨੇ ਤਾਂ ਕਿਹਾ ਸੀ ਇਹਨੇ ਜਾਣਾ ਨਹੀਂ ਕਦੀ, ਇਹ ਕਿੱਦਾਂ ਜਾਣ ਡਿਆ ਹੁਣ? ਸੋ ਡੋਰਸ ਆਰ ਓਪਨ, ਯੂ ਨੈਵਰ ਨੋ ਜੀ। ਸਰ ਜਿਵੇਂ ਹੁਣ ਤੁਹਾਡੇ ਫਾਦਰ ਸਾਹਿਬ ਪੋਲੀਟੀਸ਼ੀਅਨ ਵੀ ਨੇ ਅਤੇ ਇੱਕ ਮਤਲਬ ਕਿ ਸਿੰਗਰ ਵੀ ਨੇ, ਅਤੇ ਘਰ 'ਚ ਜਦੋਂ ਤੁਸੀਂ ਇਕੱਠੇ ਬੈਠਦੇ ਹੋ ਜ਼ਿਆਦਾਤਰ ਪੋਲੀਟੀਸ਼ੀਅਨ ਗੱਲਾਂ ਹੁੰਦੀਆਂ ਜਾਂ ਪੋਲੀਟੀਕਲ ਗੱਲਾਂ ਦਾ 1% ਵੀ ਨਹੀਂ ਜੀ, ਇੱਕ ਉਹ ਖੁਦ ਐਕਚੁਅਲੀ ਉਹ ਪੋਲੀਟੀਸ਼ੀਅਨ ਹੈ ਹੀ ਨਹੀਂ ਗਿਆ, ਉਹ ਆਰਟਿਸਟ ਹੀ ਨੇ, ਉਹ ਤਾਂ ਉਹ ਕਿਸਮਤ ਤਕਦੀਰ ਉੱਧਰ ਲੈ ਕੇ ਗਈ ਆ, ਬਟ ਹੀ ਇਜ਼ ਨੋਟ ਐਟ ਆਲ ਪੋਲੀਟੀਕਲ ਹਿਊਮਨ, ਹੈ ਨਾ ਬੀਂਗ, ਉਹ ਜਦੋਂ ਅਸੀਂ ਇਕੱਠੇ ਬਹਿੰਦੇ ਹੁੰਦੇ ਸਾਡੇ ਹਮੇਸ਼ਾ ਮਿਊਜ਼ਿਕ ਹੀ ਡਿਸਕਸ ਹੁੰਦਾ, ਆਲਵੇਜ਼ ਆਲ ਦਾ ਟਾਈਮ, ਜਾਂ ਫੈਮਿਲੀ ਦੀ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਜਾਂ ਮਿਊਜ਼ਿਕ ਡਿਸਕਸ ਹੁੰਦਾ, ਅੱਜ ਕੱਲ੍ਹ ਫਿਰ ਜ਼ਿਆਦਾ ਰਿਦਾਨ ਹੀ ਹੁੰਦਾ ਸਾਡੇ ਨਾਲ। ਅਤੇ ਅਦਿਤੀ ਮੈਮ, ਜਦੋਂ ਤੁਹਾਡੇ ਕੋਲ ਸਕ੍ਰਿਪਟ ਬਣ ਕੇ ਆਈ ਸੀ ਮੂਵੀ ਦੀ ਮੁੰਡਾ ਰੌਕ ਸਟਾਰ, ਤਾਂ ਤੁਹਾਨੂੰ ਉਸ ਟਾਈਮ ਫੀਲਿੰਗ ਕੀ ਸੀ ਅਤੇ ਤੁਸੀਂ 1 ਮਿੰਟ 'ਚ ਹੀ ਮੰਨ ਗਏ ਸੀ ਜਾਂ ਟਾਈਮ ਲਿੱਤਾ ਸੀ ਸੋਚਣ ਲਈ? ਯਾਰ ਮੈਨੂੰ ਡਾਇਰੈਕਟਰ ਸਰ ਸੱਤਿਆਜੀਤ ਪੁਰੀ ਜੀ ਨੇ ਇਹ ਪੂਰੀ ਫਿਲਮ 7 ਮਿੰਟ 'ਚ ਦੱਸਤੀ ਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ, ਅਤੇ ਬਾਅਦ 'ਚ ਜਦ ਮੈਂ ਸਕ੍ਰਿਪਟ ਵੀ ਪੜ੍ਹੀ ਉਹ ਐਕਚੁਅਲੀ ਉਹੀ ਗੱਲਾਂ ਸੀਗੀਆਂ, ਅਤੇ ਮੈਨੂੰ ਬਹੁਤ ਹੀ ਮੈਂ ਕਿਉਂਕਿ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਸਕ੍ਰਿਪਟ ਰੀਡਿੰਗਸ 'ਤੇ ਗਈ ਹਾਂ, ਸਕ੍ਰਿਪਟਾਂ ਸੁਣੀਆਂ, ਇੱਕ ਇੱਕ ਡਾਇਰੈਕਟਰ 3-3, 4-4 ਘੰਟੇ ਲਾ ਦਿੰਦੇ ਆ ਫਿਲਮ ਨੂੰ ਐਕਸਪਲੇਨ ਕਰਨ ਨੂੰ, ਫਿਰ ਵੀ ਨਹੀਂ ਪਤਾ ਲੱਗਦਾ ਕਿ ਕੀ ਹੋਇਆ ਸੀ, ਅਤੇ ਮੈਨੂੰ ਉਹ ਚੀਜ਼ ਇੰਨੀ ਇੰਪ੍ਰੈਸ ਕੀਤੀ ਨਾ ਕਿ ਇੱਕ ਇੰਨੀ ਵੱਡੀ ਫਿਲਮ 7 ਮਿੰਟ ਦੇ ਵਿੱਚ ਤੁਸੀਂ ਮੈਨੂੰ ਐਕਸਪਲੇਨ ਕਰਤੀ, ਅਤੇ ਐਕਚੁਅਲੀ ਐਗਜੈਕਟਲੀ ਉਹੀ ਜਿਹੀ ਫਿਲਮ ਬਣੀ ਆ, ਅਤੇ ਮੈਨੂੰ ਉਹਨਾਂ ਦਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਮਤਲਬ ਕਮਾਲ ਦਾ ਲੱਗਿਆ ਕਿ ਯਾਰ ਗੱਲਬਾਤ ਤਾਂ ਬਹੁਤ ਡਿਫਰੈਂਟ ਹੈ ਅਤੇ ਕੰਮ ਕਰਕੇ ਇਹਨਾਂ ਨਾਲ ਬਹੁਤ ਚੰਗਾ ਲੱਗੇਗਾ, ਅਤੇ ਹਾਂਜੀ ਸਕ੍ਰਿਪਟ ਤਾਂ ਹੈ ਹੀ ਚੰਗੀ।
ਸਕ੍ਰਿਪਟ ਨੂੰ 7 ਮਿੰਟ 'ਚ ਹੀ ਸਮਝਾਉਣਾ ਅਤੇ 2 ਘੰਟੇ ਦੀ ਫਿਲਮ ਹੁੰਦੀ ਆ ਅਤੇ ਉਹਦੇ ਪਿੱਛੇ ਜਿਹੜਾ ਕੰਮ ਕਰਨਾ ਉਹ ਕਾਫੀ ਹਾਰਡ ਵਰਕ ਵੀ ਹੁੰਦਾ। ਬਿਲਕੁਲ ਯਾਰ, ਇੱਕ ਇਹ ਵਿਜ਼ਨ ਦੀ ਗੱਲ ਹੈ ਕਿ ਤੁਸੀਂ ਇੰਨੀ ਵੱਡੀ ਫਿਲਮ ਇੰਨੇ ਖੂਬਸੂਰਤ ਤਰੀਕੇ ਨਾਲ ਇੱਕ ਛੋਟੇ ਜਿਹੇ ਟਾਈਮ ਦੇ ਵਿੱਚ ਦੱਸਤੀ ਅਤੇ ਪੂਰੀ ਫਿਲਮ ਨੂੰ ਪੁੱਲ ਕਰਨਾ, ਪੂਰੀ ਟੀਮ ਇਕੱਠੇ ਲੈ ਕੇ ਚੱਲਣਾ, ਇਟਸ ਅ ਵੈਰੀ ਡਿਫੀਕਲਟ ਟਾਸਕ ਅਤੇ ਬਹੁਤ ਸੋਹਣੇ ਤਰੀਕੇ ਨਾਲ ਸਾਰਿਆਂ ਨੇ ਨਿਭਾਈ ਇਹ ਗੱਲ। ਸਰ, ਤੁਹਾਡੀ ਪਿਛਲੀ ਮੂਵੀ ਆਈ ਸੀ ਗੁੜੀਆ ਅਤੇ ਹੁਣ ਮੁੰਡਾ ਰੌਕ ਸਟਾਰ, ਅਤੇ ਅਗਲੀ ਮੂਵੀ ਕਿਹੜੀ ਹੈ? ਅਗਲੀ ਮੂਵੀ ਫਿਲਹਾਲ ਨਹੀਂ ਕੋਈ ਜੀ, ਪਾਈਪਲਾਈਨ 'ਚ ਇੱਕ ਦੋ ਗੱਲ ਚੱਲ ਰਹੀਆਂ, ਲੈਟਸ ਹੋਪ। ਜੇ ਪੈਸੇ ਤਾਂ ਅਟਕੇ ਹੋਏ ਆ, ਜੇ ਉਹ ਪੈਸਿਆਂ ਨੂੰ ਮੰਨ ਕੇ ਫਿਰ ਕਰ ਲਵਾਂਗੇ, ਜੇ ਨਹੀਂ ਮੰਨੇ ਤਾਂ ਫਿਰ ਗਾਣੇ ਕਰਾਂਗੇ, ਗਾਣੇ ਆਉਣ ਵਾਲੇ ਵੈਸੇ ਜੀ ਜਲਦੀ। ਸਰ, ਇੱਕ ਗਾਣਾ ਹੋ ਜਾਵੇ। ਕਿਹੜਾ ਗਾਣਾ ਹੋ ਜਾਵੇ? ਜੇ ਮੈਮ ਇੰਨੇ ਸੋਹਣੇ ਲੱਗਦੇ ਤਾਂ ਇੱਕ ਮੈਮ 'ਤੇ ਗਾਣਾ ਹੋ ਜਾਵੇ, ਪਰ ਮਾਨਸੀ ਮੈਮ ਨਾ ਗੁੱਸਾ ਕਰ ਦੇਣ। ਨਹੀਂ ਨਹੀਂ, ਉਹਨੂੰ ਪਤਾ ਮਾਨਸੀ ਨੂੰ ਪ੍ਰੋਫੈਸ਼ਨਲ ਲਾਈਫ ਔਰ ਪ੍ਰੋਫੈਸ਼ਨਲ ਲਾਈਫ, ਰੀਅਲ ਤੇ ਰੀਅਲ ਲਾਈਫ ਦਾ ਡਿਫਰੈਂਸ ਹੁੰਦਾ ਯਾਰ। ਇਹਨਾਂ ਵਾਸਤੇ ਗਾਉਣਾ ਜੀ? ਕਿਹੜਾ ਗਾਵਾਂ ਸੋਚ ਰਿਹਾ ਨਾ, ਕੋਈ ਘੈਂਟ ਜਿਹਾ ਗਾਉਣਾ ਪੈਣਾ ਹੁਣ, ਐਵੇਂ ਥੋੜ੍ਹੀ ਹਲਕੇ 'ਚ ਥੋੜ੍ਹੀ ਲੈ ਸਕਦੇ ਹਾਂ ਪਿਆਰਿਆਂ ਨੂੰ। ਇਹ ਜੋ ਸਿੱਲੀ ਸਿੱਲੀ ਹੁੰਦੇ ਨੇ, ਚਲੋ ਤੁਸੀਂ ਉਹ ਵਾਲਾ ਗਾਣਾ ਨਹੀਂ, ਮੈਂ ਗਾਉਂਦਾ ਮੈਂ ਗਾਉਂਦਾ ਮੈਂ ਆਪਣੇ ਗਾਉਂਦਾ ਇਹਨਾਂ ਲਈ ਗਾਉਂਦਾ ਮੈਂ ਸੂਫੀ ਸੂਫੀ ਨੈਣਾ ਵਿੱਚ ਜੀ, ਹੈ ਨਾ, ਕਿਉਂਕਿ ਅੱਜ ਇਹਨਾਂ ਦੇ ਲੈਂਸ ਬਹੁਤ ਸੋਹਣੇ ਪਾਏ ਹੋਏ ਆ ਜੀ। ਸੋ ਸੂਫੀ ਸੂਫੀ ਨੈਣਾ ਵਿੱਚੋਂ ਰੱਬ ਦਿਸਦਾ ਏ, ਮੈਨੂੰ ਮੇਰਾ ਉਹਦੇ ਵਿੱਚੋਂ ਸਭ ਦਿਸਦਾ ਏ, ਪਲ ਵੀ ਨਾ ਉਹਦੇ ਬਿਨਾਂ ਲੰਘਦਾ, ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ ਏ, ਮਾਹੀ ਸੋਹਣੇ ਮਾਹੀ ਸੋਹਣੇ ਸੂਟ ਕਾਲੇ ਰੰਗਦਾ। ਬਹੁਤ ਸੋਹਣਾ ਗਾਉਂਦੇ ਤੁਸੀਂ ਸਰ, ਮੈਮ ਸਰ ਨੇ ਤੁਹਾਡੇ ਲਈ ਗਾਣਾ ਗਾਇਆ, ਤੁਸੀਂ ਤਾਰੀਫ ਯਾਰ ਬਹੁਤ, ਮਤਲਬ ਕਰੂੰ ਕਿਆ ਇਸ ਕੀ ਜਿਸ ਨੇ ਤੁਮੇ ਬਣਾਇਆ। ਵਾਹ, ਸੋਹਣੀ ਤਾਰੀਫ, ਬਹੁਤ ਸੋਹਣੀ ਤਾਰੀਫ ਕੀਤੀ ਹੈ ਤੁਸੀਂ। ਅਤੇ ਮੈਮ, ਇਸ ਮੂਵੀ ਨੂੰ ਲੈ ਕੇ ਗੱਲ ਕਰੀਏ ਤਾਂ ਜਦੋਂ ਇਹ ਮੂਵੀ ਬਣ ਕੇ ਆਈ ਸੀਗੀ ਤਾਂ ਪੂਰੀ, ਹੁਣ ਥੋੜ੍ਹੇ ਜਿਹੇ ਗਾਣੇ ਵੀ ਤੁਸੀਂ ਵੀ ਸ਼ਾਇਦ ਕਿਹਾ ਸੀਗਾ ਕਿ ਵੀ ਮੈਂ ਵੀ ਗਾ ਲੈਂਦੀ ਹਾਂ, ਅਤੇ ਤੁਸੀਂ ਵੀ ਅੱਜ ਇੱਕ ਗਾਣਾ। ਆਪਣਾ ਸਿੰਗਲ ਸੀ ਉਹ ਸੁਣਾ ਦੋ। ਅੱਛਾ ਹਾਂ, ਆਪਣਾ ਵੀ ਤਾਂ ਗਾਣਾ ਹੈ। ਨਹੀਂ, ਇੱਕ ਹੋਰ ਗਾਣਾ ਮੇਰਾ ਬਹੁਤ ਫੇਵਰੇਟ ਗਾਣਾ ਹੈ, ਬਹੁਤ ਪੁਰਾਣਾ ਗਾਣਾ ਹੈ। ਕਾਲੇ ਰੰਗ ਦਾ ਪਰਾਂਦਾ ਸੋਹਣੇ ਸੱਜਣਾ ਲਿਆਉਂਦਾ, ਰੰਗ ਦਾ ਪਰਾਂਦਾ ਸੋਹਣੇ ਸੱਜਣਾ ਲਿਆਉਂਦਾ, ਵੇ ਮੈਂ ਚੁੰਮ ਚੁੰਮ ਰੱਖਦੀ ਫਿਰਾਂ, ਮੈਂ ਬਾਬਾ ਬਾਰ ਨੱਚਦੀ ਫਿਰਾਂ, ਮੈਂ ਬਾਬਾ ਬਾਰ ਨੱਚਦੀ ਫਿਰਾਂ। ਵਾਹ, ਤੇ ਬਹੁਤ ਸੋਹਣਾ ਤੁਸੀਂ ਵੀ ਗਾਉਂਦੇ ਹੋ। ਤੇ ਇਹ ਮੂਵੀ ਦੇ ਵਿੱਚ ਤੁਹਾਨੂੰ ਦੋ ਪੇਸਟਰੀਆਂ, ਬਾਬਾ ਬਾਰ ਨੱਚਦੀ ਫਿਰ ਹੁਣ ਤੂੰ।
ਬਹੁਤ ਕਮਾਲ ਦਾ ਪਲੀਜ਼ ਮੇਰੀ ਮਾਂ ਮੈਨੂੰ ਇੰਨਾ ਉਹ ਨਾ ਬਾਹਰ ਮੈਂ ਵੀ ਠੀਕ ਠਾਕ ਹੀ ਗਾਉਂਦਾ ਇੱਦਾਂ ਦੀ ਕੋਈ ਗੱਲ ਨਹੀਂ ਜੀ ਸੀਰੀਅਸਲੀ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ ਅਤੇ ਜੇ ਹੁਣ ਮੂਵੀ ਨੂੰ ਲੈ ਕੇ ਤੁਸੀਂ ਕਿਹਾ ਕਿ ਵੀ ਐਕਸ਼ਨ ਵੀ ਕਰ ਮੂਵੀ ਦੇ ਵਿੱਚ ਐਕਸ਼ਨ ਹੈ ਤੁਸੀਂ ਪੂਰਾ ਐਕਸ਼ਨ ਕੀਤਾ ਯਾਰ ਛੋਟੇ ਹੁੰਦੇ ਕੋਈ ਐਕਸ਼ਨ ਕੀਤਾ ਸੀ ਹੁਣ ਕਿੰਨੇ ਕੁ ਨਾਲ ਲੜ ਯਾਰ ਮੈਂ ਆਪਣੇ ਬ੍ਰਦਰ ਨਾਲ ਬਹੁਤ ਲੜੀ ਹਾਂ ਉਹਦੇ ਨਾਲ ਹਮੇਸ਼ਾ WWE ਹੀ ਕੀਤਾ ਹੈ ਨਾ ਬਹੁਤ ਐਕਸ਼ਨ ਆਉਂਦਾ ਹੀ ਆ ਪਹਿਲਾਂ ਹੀ ਹੈ ਨਾ ਚੌਕ ਸਲੈਮ ਇਹ ਉਹ ਹੈ ਨਾ ਅਤੇ ਚਲੋ ਇੰਨਾ ਤਾਂ ਨਹੀਂ ਕੀਤਾ ਫਿਲਮ 'ਚ ਪਰ ਹਾਂ ਥੋੜ੍ਹਾ ਬਹੁਤ ਕਰ ਲਿਆ ਥੋੜ੍ਹੇ ਬਹੁਤ ਚਪੇੜ ਮਾਰ ਲਈ ਚੌਕ ਸਲੈਮ ਨਹੀਂ ਮੈਨੂੰ ਹੱਗ ਸਲੈਮ ਇਹ ਵੀ ਐਕਸ਼ਨ ਕੀਤਾ ਯਾ ਸਰ ਤੁਹਾਡਾ ਵੀ ਇੱਕ ਛੋਟਾ ਬੇਟਾ ਹੈ ਆ ਵੈਸੇ ਤਾਂ ਸਾਰੀ ਤੁਹਾਡਾ ਵੀ ਆ ਨਹੀਂ ਮੇਰਾ ਤਾਂ ਜੇ ਮੈਰਿਜ ਤੇ ਛੋਟਾ ਬੱਚਾ ਵੀ ਹੈ ਤੁਹਾਡੇ ਕੋਲ ਤੇ ਜੇ ਆਪਾਂ ਬੱਚੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਰੀ ਜ਼ਿੰਦਗੀ ਦੇ ਵਿੱਚ ਉਹਦੇ ਸਟਾਰ ਹੀ ਉਹਦੇ ਮਾਂ ਬਾਪ ਹੁੰਦੇ ਨੇ ਪਰ ਤੁਹਾਡੇ ਲਈ ਜਿਹੜਾ ਤੁਹਾਡਾ ਬੇਟਾ ਹੈ ਉਹ ਅਸਲੀ ਸਟਾਰ ਕਿਹਨੂੰ ਮੰਨਦਾ ਤੁਹਾਨੂੰ ਜਾਂ ਮੰਮਾ ਨੂੰ ਯਾਰ ਇਹ ਤਾਂ ਬਹੁਤ ਇੰਟਰਸਟਿੰਗ ਕੁਐਸਚਨ ਹੈ ਮੈਂ ਵੀ ਜਾਣਨਾ ਚਾਹੁੰਦੀ ਇਹ ਤਾਂ ਉਹਨੂੰ ਪੁੱਛੋ ਨਹੀਂ ਤੁਸੀਂ ਵੀ ਨਾਲ ਲੈਣੇ ਹੋ ਤੁਹਾਨੂੰ ਪਤਾ ਹੋਊਗਾ ਜੀ ਦੇਖੋ ਜਦੋਂ ਮੇਰੇ ਨਾਲ ਹੁੰਦਾ ਮੈਂ ਸਟਾਰ ਹਾਂ ਉਹਦੇ ਲਈ ਜਦੋਂ ਮਾਂ ਨਾਲ ਹੁੰਦਾ ਉਹਦੇ ਮਾਂ ਸਟਾਰ ਹੈ ਜੀ ਬੱਚਿਆਂ ਲਈ ਦੋਵੇਂ ਇੱਕੋ ਜਿਹੇ ਹੁੰਦੇ ਆ ਪਿਓ ਨਾਲ ਤਾਂ ਥੋੜ੍ਹਾ ਕਲੋਜ਼ ਹੋ ਜਾਂਦਾ ਕਿਉਂਕਿ ਅਸੀਂ ਇਲਤਾ ਉਲਤਾ ਕਰ ਲੈਂਦੇ ਹਾਂ ਮਾਵਾਂ ਥੋੜ੍ਹੀਆਂ ਸਟ੍ਰਿਕਟ ਰਹਿੰਦੀਆਂ ਘਰ 'ਚ ਕਿਉਂਕਿ ਉਹਨਾਂ ਨੇ ਇਕੱਲਾ ਉਹ ਹੀ ਨਹੀਂ ਦੇਖਣਾ ਹੁੰਦਾ ਅਸੀਂ ਤਾਂ ਸ਼ਰਾਰਤ ਸ਼ੁਰੂ ਤਾਂ ਕਰਕੇ ਸਾਈਡ 'ਤੇ ਹੋ ਜਾਣਾ ਬਟ ਬੱਚੇ ਨੂੰ ਡਿਸਿਪਲਿਨ ਸਿਖਾਉਣਾ ਉਹ ਮਾਵਾਂ ਦੇ ਹੱਥ 'ਚ ਬਹੁਤ ਕੁਛ ਹੁੰਦਾ ਸੋ ਐਕਚੁਲੀ ਰਿਦਾਨ ਨੂੰ ਸਾਰਾ ਦਿਨ ਉਹ ਮੇਰੀ ਪੂੰਛ ਬਣ ਕੇ ਤੁਰਿਆ ਫਿਰਦਾ ਬਟ ਸੌਣਾ ਜੋ ਮਰਜ਼ੀ ਹੋ ਜਾਵੇ ਉਹਨੇ ਆਪਣੀ ਮਾਂ ਨਾਲ ਹੀ ਆ ਸੋ ਉਹਦਾ ਉਹ ਬੈਲੈਂਸ ਕਰ ਲੈਂਦਾ ਦੋਵਾਂ ਨੂੰ ਐਕਚੁਲੀ ਇਹਦੇ ਵਿੱਚ ਇੱਕ ਐਂਕਰਿੰਗ ਮੀਡੀਆ ਦੀ ਵੀ ਦਿਖਾਈ ਹੋਈ ਹੈ ਬਾਖੂਬੀ ਰੋਲ ਦਿਖਾਇਆ ਹੋਇਆ ਤੁਹਾਨੂੰ ਕੀ ਲੱਗਦਾ ਕਿ ਜ਼ਿਆਦਾਤਰ ਐਂਕਰਿੰਗ ਕਰਨੀ ਸੌਖੀ ਆ ਜਾਂ ਫਿਲਮ ਕਰਨੀ ਸੌਖੀ ਆ ਯਾਰ ਇਹਦੇ ਵਿੱਚ ਦੋਨੋਂ ਹੈ ਅਤੇ ਦੋਨੋਂ ਹੀ ਸੌਖੇ ਨਹੀਂ ਹੈ ਦੋਨੋਂ ਹੀ ਬਹੁਤ ਔਖੇ ਆ ਚੈਲੇਂਜਿੰਗ ਹੁੰਦਾ ਕਿਉਂਕਿ ਇੱਕ ਤਰੀਕੇ ਦਾ ਰੋਲ ਨਿਭਾਉਣਾ ਅਤੇ ਉਹਨੂੰ ਪੂਰੀ ਫਿਲਮ ਦੇ ਵਿੱਚ ਕੈਰੀ ਕਰਨਾ ਆਪਣੇ ਇਮੋਸ਼ਨਸ ਨਾ ਲੂਜ਼ ਕਰਨਾ ਅਤੇ ਤੁਹਾਨੂੰ ਪਤਾ ਹੀ ਹੈ ਮੀਡੀਆ ਲਾਈਨ ਦੇ ਵਿੱਚ ਡਾਇਲੋਗਸ ਜਿਸ਼ 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 ਯੂ ਨੋ ਅਤੇ ਇੱਕ ਪੇਸ ਰੱਖਣਾ ਪੈਂਦਾ ਕੁਛ ਵੀ ਸੌਖਾ ਨਹੀਂ ਹੈ ਬਟ ਹਾਂ ਪਰ ਮਜ਼ਾ ਬਹੁਤ ਆਉਂਦਾ ਕਰਕੇ ਕਿਉਂਕਿ ਇਹ ਮੇਰਾ ਪਿਆਰ ਵਾਲਾ ਕੰਮ ਹੈ ਤੁਸੀਂ ਇਹਦੇ ਵਿੱਚ ਮੀਡੀਆ ਦਾ ਕਰੀਅਰ ਤਾਂ ਮੈਂ ਤੁਹਾਨੂੰ ਇੱਕ ਗੱਲ ਕਹੂੰਗੀ ਕਿ ਤੁਸੀਂ ਮਤਲਬ ਕਿ ਮੰਨ ਲਓ ਤੁਸੀਂ ਹੁਣ ਐਂਕਰ ਹੋ ਇੱਕ ਅਤੇ ਤੁਸੀਂ ਯੁਵਰਾਜ ਸਰ ਨੂੰ ਅਜਿਹਾ ਸਵਾਲ ਪੁੱਛੋ ਅਤੇ ਜਿਹਦੇ ਨਾਲ ਉਹ ਜਵਾਬ ਦੇਣ ਇਹੋ ਜਿਹਾ ਕਿਹੜਾ ਸਵਾਲ ਪੁੱਛੋ ਜਵਾਬ ਦੇਣ ਗੁੱਸੇ ਨਾ ਜਵਾਬ ਵੀ ਦੇਣ ਨਹੀਂ ਨਹੀਂ ਗੁੱਸੇ ਨਹੀਂ ਹੋਣਗੇ ਇੰਨੇ ਤਾਂ ਸਵੀਟ ਹੈ ਅਤੇ ਇੰਨੇ ਕਿਊਟ ਹੈ ਯਾਰ ਗੁੱਸੇ ਨਹੀਂ ਹੋਣਗੇ ਓਕੇ ਹਾਂਜੀ ਵੈਸੇ ਬਹੁਤ ਘੱਟ ਲੋਕ ਪੁੱਛਦੇ ਆ ਇਹ ਚੀਜ਼ ਪਰ ਮੈਨੂੰ ਬਹੁਤ ਚੰਗਾ ਲੱਗਦਾ ਇਹ ਕੁਐਸਚਨ ਤੁਸੀਂ ਆਪਣੇ ਆਪ ਨੂੰ ਅੱਜ ਤੋਂ 5 ਸਾਲ ਬਾਅਦ ਕਿੱਥੇ ਦੇਖਦੇ ਹੋ ਅਤੇ ਕਿੱਦਾਂ ਦੇਖਦੇ ਹੋ ਮੈਂ ਆਪਣੇ ਆਪ ਨੂੰ ਅੱਜ ਤੋਂ 5 ਸਾਲ ਬਾਅਦ ਕਿੱਥੇ ਦੇਖਦਾ ਅਤੇ ਕਿੱਦਾਂ ਦੇਖਦਾ ਯਾਰ ਮੈਂ ਸੱਚੀ ਸ਼ੁੱਡ ਆਈ ਬੀ ਓਨੈਸਟ ਯੈਸ ਐਕਸਟ੍ਰੀਮਲੀ ਓਨੈਸਟ ਮੈਨੂੰ ਕੱਲ੍ਹ ਦਾ ਵੀ ਨਹੀਂ ਪਤਾ ਮੈਂ ਸੋਚਦਾ ਕੱਲ੍ਹ ਦਾ ਵੀ ਨਹੀਂ ਸੋਚਦਾ ਆਈ ਇੰਜੋਏ ਮਾਈ ਪ੍ਰੈਜ਼ੈਂਟ ਮਿਹਨਤ ਕਰਦਾ ਮੈਂ ਜਿਵੇਂ ਹਰ ਇੰਟਰਵਿਊਜ਼ ਕਹਿ ਰਿਹਾ ਹਰ ਜਗ੍ਹਾ ਕਹਿ ਰਿਹਾ ਮੈਂ ਮਿਹਨਤ ਕਰਦਾ ਰਹਿੰਦਾ ਹੱਥ ਪੱਲਾ ਮਾਰਦਾ ਰਹਿੰਦਾ ਬਟ ਮੈਂ ਕੱਲ੍ਹ ਦਾ ਸੋਚਦਾ ਨਹੀਂ ਯਾਰ ਆਈ ਲਿਵ ਇਨ ਪ੍ਰੈਜ਼ੈਂਟ ਆਈ ਸਵੇਅਰ ਟੂ ਗੋਡ ਇੱਦਾਂ ਨਹੀਂ ਕੋਈ ਇੰਟਰਵਿਊ ਹੋ ਰਹੀ ਤਾਂ ਆਪਣੇ ਨੰਬਰ ਇਹ ਬਣਾਉਣ ਲਈ ਬਟ ਮੇਰੀ ਨੇਚਰ ਆ ਕਿ ਜੋ ਹੋਣਾ ਬਾਬਾ ਜੀ ਨੇ ਕਰ ਹੀ ਦੇਣਾ ਉਹ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਮੰਨਦੇ ਹੋ ਜੇ ਮੰਨਣਾ ਹੀ ਨਹੀਂ ਤਾਂ ਫਿਰ ਤਾਂ ਕੋਈ ਟੈਨਸ਼ਨ ਨਹੀਂ ਹਾਂ ਤੇ ਇੱਕ ਹੋਰ ਸਵਾਲ ਜੇ ਤੁਹਾਨੂੰ ਬਿਗ ਬੌਸ ਲਈ ਬੁਲਾਇਆ ਜਾਏ ਤਾਂ ਤੁਸੀਂ ਜਾਓਗੇ ਮੈਂ ਯਾਰਨ ਮੁੱਲੇ ਟਾਈਮ ਹੀ ਮਨਾ ਕਰਤਾ ਸੀ ਹਾਂਜੀ ਮੈਨੂੰ ਪਹਿਲਾਂ ਹੀ ਬੁਲਾਇਆ ਸੀ ਉਦੋਂ ਯਾਰਨ ਮੁੱਲੇ ਤੋਂ ਬਾਅਦ ਜਦੋਂ ਆ ਰਿਹਾ ਨਹੀਂ ਸੀ ਗਿਆ ਜਿਸ ਸੀਜ਼ਨ 'ਚ ਆ ਰਿਹਾ ਗਿਆ ਸੀ ਨਾ ਇੱਕ ਸੀਜ਼ਨ
ਉਦੋਂ ਮੈਨੂੰ ਵੀ ਬੁਲਾਇਆ ਸੀਗਾ ਬਟ ਮੈਨੂੰ ਨਹੀਂ ਪਸੰਦ ਤੇ ਇਟਸ ਅ ਬਿਗ ਥਿੰਗ ਯਾਰ ਵਾਓ ਮੈਂ 2012 ਚ ਮਨਾ ਕਰਤਾ ਸੀ ਤੇ ਫਿਰ ਹੁਣ ਵੈਸੇ ਮਨਾ ਨਹੀਂ ਉਹ ਯਾਰ ਮੈਂ ਤੁਸੀਂ ਮੈਨੂੰ ਦੇਖਿਆ ਹੋਣਾ ਮੈਂ ਸੋਸ਼ਲ ਮੀਡੀਆ ਤੇ ਵੀ ਸਿਰਫ ਗਾਣਾ ਹੀ ਪਾਉਂਦਾ ਆਪਣਾ ਆਪਣੀ ਮੈਂ ਉਦਾਂ ਦਾ ਹੈ ਨਹੀਂ ਕਿ ਜਾ ਕੇ ਤਮਾਸ਼ਾ ਜਿਹਾ ਦੇਖੋ ਮੇਰੀ ਮੰਨਣਾ ਇਹ ਆ ਕਿ ਆਪਣਾ ਆਪ ਦਾ ਤਮਾਸ਼ਾ ਬਣਾਉਣਾ ਮੈਨੂੰ ਨਹੀਂ ਅੱਛਾ ਲੱਗਦਾ ਮੈਂ ਲੜ ਨਹੀਂ ਸਕਦਾ ਉੱਥੇ ਕੰਮ ਹੀ ਲੜਾਈ ਦਾ ਆ ਬੰਦਾ ਟਿਕਦਾ ਹੀ ਉਹ ਉੱਥੇ ਜਿਹੜਾ ਐਗਰੈਸਿਵ ਹੋਏ ਲੜ ਉਹ ਮੈਂ ਹੈ ਹੀ ਨਹੀਂ ਜਦ ਉੱਥੇ ਜਾ ਕੇ ਮੈਂ ਦੂਜੇ ਦਿਨ ਹੀ ਬਾਹਰ ਆਉਣਾ ਫਿਰ ਦਿਸ ਨੋ ਪੁਆਇੰਟ ਆਫ ਗੋਇੰਗ ਦੇਅਰ ਜੇ ਜੋ ਤੁਸੀਂ ਹੈ ਹੀ ਨਹੀਂ ਉੱਥੇ ਜਾ ਕੇ ਆਪੋਜ਼ਿਟ ਬਣਨਾ ਉਹ ਹੋਣਾ ਨਹੀਂ ਚਾਹੀਦਾ ਸੋ ਸਰ ਹੁਣ ਜਾਂਦੇ ਜਾਂਦੇ ਇੱਕ ਗਾਣਾ ਹੋ ਜਾਵੇ ਪਲੀਜ਼ ਇੱਕ ਗਾਣਾ ਕਿਹੜਾ ਗਾਣਾ ਅੱਛਾ ਇੱਕ ਹੋਰ ਗਾਣਾ ਹਾਂਜੀ ਕੋਈ ਵੀ ਹੋ ਜਾਵੇ ਹੁਣ ਜੋ ਤੁਹਾਡੇ ਦਿਲ ਦੇ ਜ਼ਿਆਦਾ ਕਰੀਬ ਹੋਵੇ ਯਾਰ ਗਾਣੇ ਤਾਂ ਮੇਰੇ ਬੜੇ ਕਰੀਬ ਆ ਦਿਲ ਦੇ ਸਾਰੇ ਹੀ ਆ ਦਿਲ ਦੇ ਕਰੀਬ ਚਲੋ ਮੈਂ ਗਾਣਾ ਮੇਰਾ ਵਨ ਆਫ ਮਾਈ ਫੇਵਰੇਟਸ ਮੇਰੀ ਯਾਰਨ ਮੁੱਲੇ ਦਾ ਗਾਣਾ ਜੀ ਮੇਰਾ ਪੀਰ ਜੀ ਉਹ ਗਾਣਾ ਨੈਣਾ ਦੇ ਨੈਣਾ ਦੇ ਹਰਫ ਪੜਾਵਾਂ ਕਿਵੇਂ ਦਿਲ ਤੇ ਲਿਖੀਆਂ ਵਖਾਵਾਂ ਕਿਵੇਂ ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ ਵਾ ਜਿਹੜੀ ਇਸ਼ਕ 'ਚ ਚੱਲਦੀ ਏ ਉਹਦੇ ਰੰਗ ਵਿੱਚ ਟਲਦੀ ਏ ਉਹ ਨਬਜ਼ ਪਛਾਣੇ ਨਾ ਮੇਰਾ ਪੀਰ ਜਾਣੇ ਮੇਰੀ ਪੀੜ ਉਹ ਜਾਣੇ ਨਾ ਉਹ ਜਾਣੇ ਨਾ ਉਹ ਜਾਣੇ ਨਾ ਬਹੁਤ ਸੋਹਣਾ ਗਾਉਂਦੇ ਹੋ ਤੇ ਮੇਰੇ ਸਰ ਉੱਤੇ ਮੇਰੇ ਭਰਾ ਤੇ ਸਰ ਆਪਣੇ ਜਾਂਦੇ ਜਾਂਦੇ ਫੈਨਸ ਨੂੰ ਇੱਕ ਸੁਨੇਹਾ ਮੂਵੀ ਲੈ ਕੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨਹੀਂ ਹੋਣਾ ਸੀਰੀਅਸ ਨੋਟ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਹੋ ਪਲੀਜ਼ 12 ਤਰੀਕ ਨੂੰ ਸਾਡੀ ਫਿਲਮ ਆ ਰਹੀ ਆ ਮੁੰਡਾ ਰੌਕ ਸਟਾਰ ਸੋ ਲੋਹੜੀ ਦੇ ਮੌਕੇ 'ਤੇ ਲੋਹੜੀ ਦੇ ਤਿਉਹਾਰ 'ਤੇ ਆ ਰਹੀ ਆ ਸੋ ਸਾਰੇ ਜਾਣੇ ਪਹੁੰਚੋ ਆਪਣੀ ਫੈਮਿਲੀ ਦੇ ਨਾਲ ਪਲੀਜ਼ ਸਾਰੇ ਜਾਣੇ ਇੰਜੋਏ ਕਰੋ ਇਹ ਮੇਰੀ ਗਰੰਟੀ ਆ ਫਿਲਮ ਬਹੁਤ ਘੈਂਟ ਆ ਤੁਸੀਂ ਇੱਕ ਵਾਰੀ ਜਾਓ ਜ਼ਰੂਰ ਸਾਰੇ ਜਾਣੇ ਦੇਖੋ ਆਪਣੇ ਪਰਿਵਾਰ ਦੇ ਨਾਲ 12 ਤਰੀਕ ਨੂੰ 12 ਜਨਵਰੀ ਨੂੰ ਸਾਡੀ ਫਿਲਮ ਮੁੰਡਾ ਰੌਕ ਸਟਾਰ ਜ਼ਰੂਰ ਦੇਖ ਕੇ ਆਇਓ ਅਤੇ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ